ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਦਾਰਾ ਸਿੰਘ ਬੋਪਾ ਰਾਏ ਨੇ ਮਾਰਕੀਟ ਕਮੇਟੀ ਕੁਰਾਇਆ ਦੇ ਚੇਅਰਮੈਨ ਦਾ ਕਰਵਾਇਆ ਸਮਾਗਮ। ਦਾਰਾ ਸਿੰਘ ਬੋਪਾ ਰਾਏ ਨੇ ਅੱਜ ਕੁਰਾਇਆ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਰਾਮ ਲੁਭਾਇਆ ਨੇ ਅਹੁਦਾ ਸੰਭਾਲਿਆ। ਸਮਾਗਮ ਦੇ ਮੁੱਖ ਮਹਿਮਾਨ ਚੌਧਰੀ ਸੰਤੋਖ ਸਿੰਘ MP ਅਤੇ ਚੌਧਰੀ ਵਿਕਰਮਜੀਤ ਸਿੰਘ ਹਲਕਾ ਇੰਚਾਰਜ ਫਲੋਰ ਦਾ ਮਾਰਕੀਟ ਕਮੇਟੀ ਦਫ਼ਤਰ ਪਹੁੰਚਣ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਚੌਧਰੀ ਸੰਤੋਖ ਸਿੰਘ ਨੇ ਚੇਅਰਮੈਨ ਦਾਰਾ ਸਿੰਘ ਰਾਏ ਅਤੇ ਉਪ ਚੇਅਰਮੈਨ ਰਾਮ ਲੁਭਾਇਆ ਅਤੇ ਮਾਰਕੀਟ ਕਮੇਟੀ ਦੇ ਸਮੂਹ ਮੈਂਬਰਾਂ ਦਾ ਹਾਰ ਪਾ ਸਨਮਾਨਿਤ ਕੀਤਾ। ਅਹੁਦਾ ਸੰਭਾਲਣ ਤੇ ਚੇਅਰਮੈਨ ਅਤੇ ਉਪ ਚੇਅਰਮੈਨ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਕਾਂਗਰਸ ਦੀ ਪਾਰਟੀ ਨੇ ਹਮੇਸ਼ਾ ਵਰਕਰਾਂ ਦਾ ਸਨਮਾਨ ਕੀਤਾ ਹੈ ਅਤੇ ਅਹੁਦੇ ਦਿੱਤੇ ਹਨ ਤਾਂ ਜੋ ਪਾਰਟੀ ਦੀ ਰੀੜ੍ਹ ਦੀ ਹੱਡੀ ਵਰਕਰ ਦਾ ਸਨਮਾਨ ਬਣਿਆ ਰਹੇ। ਇਸ ਮੌਕੇ ਬੋਲਦੇ ਹੋਏ ਚੌਧਰੀ ਵਿਕਰਮਜੀਤ ਸਿੰਘ ਇੰਚਾਰਜ ਹਲਕਾ ਫਲੋਰ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਕੁਝ ਨਹੀਂ ਕੀਤਾ। ਉਹਨਾਂ ਨੇ ਸਰਕਾਰੀ ਇਮਾਰਤਾਂ ਨੂੰ ਗਹਿਣੇ ਰੱਖ ਦਿੱਤਾ, ਨਸ਼ਿਆਂ ਦਾ ਬੋਲਬਾਲਾ ਪੰਜਾਬ ਵਿੱਚ ਸਿਖਰ ਤੇ ਲਿਆਂਦਾ, ਜਿਸ ਨਾਲ ਪੰਜਾਬ ਦੀ ਹਾਲਤ ਬਦਤਰ ਕਰ ਦਿੱਤੀ ਗਈ। ਕਾਂਗਰਸ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਅਤੇ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ, ਸਮੁੱਚੀ ਪਾਰਟੀ ਇਸ ਲਈ ਕੰਮ ਕਰ ਰਹੀ ਹੈ। ਇਸ ਮੌਕੇ ਦਾਰਾ ਸਿੰਘ ਰਾਏ ਚੇਅਰਮੈਨ ਅਤੇ ਰਾਮ ਲੁਭਾਇਆ ਉਪ ਚੇਅਰਮੈਨ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ। ਇਸ ਮੌਕੇ ਕਮਲਦੀਪ ਸਿੰਘ ਬਿੱਟੂ ਪ੍ਰਧਾਨ, ਰਕੇਸ਼ ਦੁੱਗਲ ਪ੍ਰਧਾਨ ਬਲਾਕ ਕਾਂਗਰਸ, ਮਨੀਸ਼ ਜੈਨ ਸ਼ਹਿਰੀ ਪ੍ਰਧਾਨ, ਸੰਜੇ ਅਟਵਾਲ ਉਪ ਪ੍ਰਧਾਨ ਸ਼ਹਿਰੀ, ਕੌਂਸਲਰ ਬਲਜਿੰਦਰ ਕਾਲਾ, ਕੌਂਸਲਰ ਰਾਜੀਵ ਪੁੰਜ, ਕੌਂਸਲਰ ਰੋਸ਼ਨ ਲਾਲ ਬਿੱਟੂ, ਕੌਂਸਲਰ ਜਸਵਿੰਦਰ ਸਿੰਘ ਚਿੰਤਾ, ਅਨਿਲ ਜੋਸ਼ੀ, ਹਰਬੰਸ ਮਹਿਮੀ, ਹਰਜਿੰਦਰ ਕੌਰ ਬਲਾਕ ਸੰਮਤੀ, ਚੇਅਰਪਰਸਨ ਤਪਨ ਭਨੌਟ, ਤਹਿਸੀਲਦਾਰ ਮੱਖਣ ਸਿੰਘ ਖਹਿਰਾ, ਚੇਅਰਮੈਨ ਫਲੋਰ ਦੇਵਰਾਜ ਆਜ਼ਾਦ, ਸਰੂਪ ਸਿੰਘ ਢੇਸੀ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਫਕੀਰ ਚੰਦ ਦੁੱਗਲ, ਅਸ਼ੋਕ ਕੁਮਾਰ, ਬਲਵੀਰ ਸਿੰਘ, ਜਸਪ੍ਰੀਤ ਸਿੰਘ ਮਣਕੂ, ਅੰਸ਼ੂਮਨ ਸੇਖੜੀ, ਅਸ਼ਵਨੀ ਕੁਮਾਰ, ਵਕੀਲ ਰਣਜੀਤ ਸਿੰਘ ਜੌਹਲ, ਦਲਜੀਤ ਬਹਾਦਰ, ਬਲਵੀਰ ਸਿੰਘ, ਭਜਨ ਕੌਰ, ਹਰਜੀਵਨ ਜੈਨ, ਜਸਵੰਤ ਰਾਏ ਅਤੇ ਹੋਰ ਹਾਜ਼ਰ ਸਨ। ਮੈਂ ਬਹੁਤ ਧੰਨਵਾਦੀ ਹਾਂ ਚੌਧਰੀ ਸੰਤੋਖ ਸਿੰਘ MP ਔਰ ਵਿਕਰਮ ਸਿੰਘ ਚੌਧਰੀ ਜੋ ਹਲਕਾ ਇੰਚਾਰਜ ਹੈ, ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਬਖਸ਼ ਕੇ ਮੇਰਾ ਬਹੁਤ ਮਾਣ ਵਧਾਇਆ ਹੈ। ਜੋ ਮੈਂ ਇਹਨਾਂ ਦਾ ਹਮੇਸ਼ਾ ਹੀ ਰਹੀ ਰਹਾਂਗਾ। ਜੋ ਇਸ ਅਹੁਦੇ ਦੀਆਂ ਜ਼ਿੰਮੇਵਾਰੀਆਂ ਮੈਨੂੰ ਸੌਂਪੀਆਂ ਜਾਣਗੀਆਂ, ਮੈਂ ਉਹ ਤਨ ਮਨ ਦੇਹੀ ਨਾਲ ਆਪਣਾ ਪੂਰਾ ਇਹ 'ਤੇ ਉਤਰਾਂਗਾ ਔਰ ਪੂਰਾ ਕੰਮ ਕਰਾਂਗਾ। ਧੰਨਵਾਦ। ਅੱਜ ਮੈਂ ਬਹੁਤ ਧੰਨਵਾਦੀ ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਜੀ, ਸੁਨੀਲ ਜਾਖੜ ਜੀ ਸੂਬਾ ਪ੍ਰਧਾਨ ਪੰਜਾਬ, ਅਤੇ ਚੌਧਰੀ ਸੰਤੋਖ ਸਿੰਘ ਜੀ ਪਾਰਲੀਮੈਂਟ ਜਲੰਧਰ, ਵਿਕਰਮਜੀਤ ਚੌਧਰੀ ਹਲਕਾ ਇੰਚਾਰਜ ਫਲੋਰ, ਜਿਨ੍ਹਾਂ ਨੇ ਮੈਨੂੰ ਚੇਅਰਮੈਨ ਮਾਰਕੀਟ ਕਮੇਟੀ ਗ੍ਰਹਿਆਂ ਨਿਯੁਕਤ ਕੀਤਾ। ਇਸ ਅਹੁਦੇ ਦੀ ਅੱਜ ਚਾਰਜ ਸੰਭਾਲਿਆ ਹੈ। ਜਿਸ ਆਸ ਦੇ ਨਾਲ ਚੌਧਰੀ ਵਿਕਰਮਜੀਤ, ਚੌਧਰੀ ਸੰਤੋਖ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਅਹੁਦਾ ਮੈਨੂੰ ਦਿੱਤਾ ਹੈ, ਉਹਨਾਂ ਦੀਆਂ ਆਸਾਂ 'ਤੇ ਮੈਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਇਸ ਹਲਕੇ ਦੇ ਜਿੰਨੇ ਵੀ ਕੰਮ ਆ ਅਧੂਰੇ ਆ, ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਡਿਵੈਲਪਮੈਂਟ ਕਰਾਵਾਂਗਾ। ਕਮੇਟੀ ਦੇ ਸੀਵਰੇਜ ਦੀ ਸਮੱਸਿਆ ਆ, ਉਹ ਆਲਰੇਡੀ 90% ਕੰਪਲੀਟ ਹੋ ਚੁੱਕੀ ਆ, ਕਿ ਉਹ ਜ਼ਮੀਨ ਰਿਕੁਆਇਰ ਕਰਨ ਵਾਸਤੇ ਉਹਦੀ ਨਿਸ਼ਾਨਦੇਹੀ ਹੋ ਚੁੱਕੀ ਆ, ਉਹ ਪ੍ਰਪੋਜ਼ਲ ਭੇਜ ਚੁੱਕੀ ਆ। ਜਿੱਦਾਂ ਹੀ ਪ੍ਰਪੋਜ਼ਲ ਪਾਸ ਹੋ ਕੇ ਆਉਂਦੀ ਆ ਤਾਂ ਸੀਵਰੇਜ ਦਾ ਕੰਮ ਮੁਕੰਮਲ ਹੋ ਜਾਵੇ। ਮਾਨਯੋਗ ਕੈਪਟਨ ਅਮਰਿੰਦਰ ਸਿੰਘ,
ਮਾਨਯੋਗ ਮੈਂਬਰ ਪਾਰਲੀਮੈਂਟ ਜਲੰਧਰ ਚੌਧਰੀ ਸੰਤੋਖ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਲਾਕੇ ਦੀ ਮੰਗ ਸਾਡੀ ਮੰਗ ਪੂਰੀ ਕੀਤੀ ਹੈ ਔਰ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਔਰ ਵਾਈਸ ਚੇਅਰਮੈਨ ਦਾਰਾ ਸਿੰਘ ਰਾਏ ਜੀ ਔਰ ਰਾਮ ਲਵਾਇਆ ਜੀ ਵਾਈਸ ਚੇਅਰਮੈਨ ਔਰ ਦੀ ਜਿਹੜੀ 16 ਮੈਂਬਰੀ ਟੀਮ ਹੈ ਉਹਦੀ ਅਪਰੂਵਲ ਦੇ ਕੇ ਉਹਨਾਂ ਨੇ ਭੇਜਿਆ ਅੱਜ ਅਸੀਂ ਇਹਨਾਂ ਨੂੰ ਚਾਰਟ ਸੰਭਾਲਣ ਆਏ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਸਾਰੀ ਜੋ ਨਵੀਂ ਬਣੀ ਹੋਈ ਟੀਮ ਹੈ ਚੇਅਰਮੈਨ ਸਾਹਿਬ ਔਰ ਵਾਈਸ ਚੇਅਰਮੈਨ ਸਾਹਿਬ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਮਹਿਕਮੇ ਵੱਲੋਂ ਲੋਕਾਂ ਵਾਸਤੇ ਬਣਾਈਆਂ ਹੋਈਆਂ ਜਿਹੜੀਆਂ ਪੋਲਿਸੀਜ਼ ਨੇ ਸਕੀਮਸ ਨੇ ਉਹਨਾਂ ਨੂੰ ਆਪਣੇ ਹੋਲ ਹਾਰਟਡਲੀ ਆਪਣੇ ਪੂਰੇ ਜੋਸ਼ ਦੇ ਨਾਲ ਲੋਕਾਂ ਦੇ ਕੋਲ ਕਰ ਪਹੁੰਚਾਉਣ ਦਾ ਇਹ ਕੰਮ ਕਰਨਗੇ ਔਰ ਜੋ ਇੱਕ ਸਰਬਪੱਖੀ ਵਿਕਾਸ ਦਾ ਦੌਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ੁਰੂ ਕੀਤਾ ਹੈ ਉਹਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਉਣਗੇ।